ਨੇਕੀ ਤੇ ਬਦੀ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਹਾਰ ਦੇਸ਼ ਭਰ ਦੇ ਵਿੱਚ ਬੜੇ ਉਤਸ਼ਾਹ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ ਅਸੀਂ ਪਹੁੰਚ ਚੁੱਕੇ ਹਾਂ ਰਾਜਪੁਰਾ ਦੇ ਝੰਡਾ ਗਰਾਊਂਡ ਵਿੱਚ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਜਿਹੜਾ 라ਵਣ ਮੇਗਨਾਥ ਕੁੰਮ ਕਰਨ ਦਾ ਜਿਹੜਾ ਬੁੱਤ ਤਿਆਰ ਕੀਤਾ ਗਿਆ ਪੁਤਲਾ ਜਿਹੜਾ ਤਿਆਰ ਕੀਤਾ ਗਿਆ ਉਹਨੂੰ ਅੱਜ ਅਗਨਪੇੜ ਕਰਨਾ ਹੈ ਲੋਕ ਜਿਹੜੇ ਸਵੇਰ ਤੋਂ ਹੀ ਇੱਥੇ ਆ ਕੇ ਸੈਲਫੀਆਂ ਵੀ ਲੈ ਰਹੇ ਨੇ ਉਹ ਬੜਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਪ੍ਰਬੰਧਕ ਜਿਹੜੇ ਨੇ ਸਵੇਰ ਤੋਂ ਹੀ ਜਿਹੜੀ ਆਪਣੀਆਂ ਤਿਆਰੀਆਂ ਦੇ ਵਿੱਚ ਡਟੇ ਹੋਏ ਨੇ ਔਰ ਜਿਹੜਾ ਅੱਜ ਦਾ ਜਿਹੜਾ ਤਿਉਹਾਰ ਹੈ ਪੂਰੇ ਦੇਸ਼ ਦੇ ਵਿੱਚ ਹੀ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਔਰ ਅੱਜ ਜਿਹੜਾ ਇੱਥੇ ਇਕੱਠ ਜਿਹੜਾ ਹੈ ਪੂਰੇ ਰਾਜਪੁਰ ਦੇ ਵਿੱਚ ਸਭ ਤੋਂ ਵੱਡ ਜਿਹੜਾ ਇੱਥੇ ਇਕੱਠ ਦੇਖਣ ਨੂੰ ਮਿਲਦਾ ਹੈ ਔਰ ਲੋਕ ਜਿਹੜੇ ਸਵੇਰ ਤੋਂ ਹੀ ਇੱਥੇ ਆ ਕੇ ਮਾਹੌਲ ਦੇਖਣ ਦੇ ਵਿੱਚ ਆ ਰਹੇ ਨੇ ਵੀ ਖੁਸ਼ੀਆਂ ਪ੍ਰਗਟ ਕਰ ਰਹੇ ਨੇ ਪ੍ਰਬੰਧਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੀ ਕੁਝ ਤਿਆਰੀਆਂ ਕੀਤੀਆਂ ਗਿਆ ਨੇ ਔਰ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਮੈਂ ਇਸ ਕਲੱਬ ਦਾ ਪ੍ਰਧਾਨ ਹਾਂ ਇਹ ਪ੍ਰਧਾਨ ਇਹ ਚੇਅਰਮੈਨ ਸਾਹਿਬ ਹੈ ਚੇਅਰਮੈਨ ਤੁਹਾਨੂੰ ਸਾਰਾ ਹਾਲਵਾਨ ਦੱਸਣਗੇ ਜੀ ਸੋ ਗੱਲਬਤ ਕਰਨ ਲੈਣ ਚੇਅਰਮੈਨ ਸਾਹਿਬ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਔਰ ਕਿੰਨੇ ਫੁੱਟ ਦਾ ਜਿਹੜੇ ਪੁਤਲੇ ਤਿਆਰ ਕੀਤੇ ਨੇ ਔਰ ਕਿਹੜੇ-ਕਿਹੜੇ ਤਿਆਰ ਕੀਤੇ ਨੇ ਸਰ ਜੀ ਇਹ RAM ਜੀ ਦਾ ਕਾਰਜ ਹੈ ਜਿਸ ਨੂੰ ਅਸੀਂ ਸਾਰੇ ਮਿਲ ਜੁਲ ਕੇ ਕਰਦੇ ਹਾਂ ਸਭ ਤੋਂ ਪਹਿਲਾਂ ਪੁਤਲਾ ਰਾਵਣ ਦਾ ਸੀ 35 ਫੁੱਟ ਦਾ ਪੁਤਲਾ ਬਣਾਉਂਦੇ ਹਾਂ ਮੇਕਨਾਥ ਦਾ 3 ਫੁੱਟ ਦਾ ਪੁੜਦਾ ਬਣਾਉਂਦੇ ਹਾਂ ਤੇ ਕੁੰਭਕਰਨ ਦਾ 25 ਫੁੱਟ ਦਾ ਬਣਾਉਂਦੇ ਹਾਂ ਜਿਹੜੇ ਕਿ ਸਾਰੇ ਮੈਂਬਰ ਅਸੀਂ ਇਸੇ 1-2 ਮਹੀਨਾ ਪਹਿਲੇ ਲੱਗ ਕੇ ਤਿਆਰੀਆਂ ਕਰਦੇ ਹਾਂ ਤੇ ਇਸ ਤੋ ਸਹਰੇ ਨੂੰ ਵੇਖਣ ਲਈ ਸਾਡੀ ਸਾਰੀ ਟੀਮ ਆਪਣਾ ਪੂਰਾ ਤਨਮਾਨ ਧੰਦੇ ਨਾਲ ਜੋਰ ਲਾੰਦੀ ਹੈ ਤੇ ਸਾਡੇ ਇਸ ਦਸਹਰੇ ਦੇ ਪ੍ਰੋਗਰਾਮ ਦੇ ਵਿੱਚ ਮੇਨ ਸਾਡੇ ਮੁੱਖ ਮਹਿਮਾਨ ਹਰਦੇਵ ਸਿੰਘ ਜੀ ਕੰਬੋ ਮਿੰਟੀ ਜੀ ਅਧਿਆਤ ਸ਼ਾਸਤਰੀ ਜੀ ਹੋਣਗੇ ਜਿਸ ਦੇ ਵਿੱਚ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਾਂਗੇ ਇਸ ਠੀਕ 5 ਵਜੇ ਇੱਥੇ ਸਾਡੇ ਕੋਲ ਪਹੁੰਚ ਜਾਣਗੇ ਜੀ ਕਿੰਨੇ ਵਜੇ ਅਗਨ ਪੇਟ ਕੇ ਰਹਿ ਜਾਣਾ ਹੈ ਔਰ ਇਸ ਤੋਂ ਇਲਾਵਾ ਵੀ ਆਪਾਂ ਝਾਂਕੇ ਵਗੈਰਾ ਵੀ ਕੱਢ ਹਾਂਜੀ ਝਾਂਕੇ ਸਾਡੀਆਂ 2 ਵਜੇ ਸਟਾਰਟ ਹੋ ਜਾਣਗੇ ਮਾਰਕੀਟ ਤੋਂ ਘੁੰਮਦੀਆਂ ਹੋਈਆਂ ਇੱਥੇ 5 ਵਜੇ ਪਹੁੰਚ ਜਾਣੀਆਂ ਹੈ ਸ਼ਹਿਰ ਦੇ ਸਾਰੇ ਹੋਣ ਗਿਆ ਅਤੇ ਅਸੀਂ ਸਾਰੇ ਇਸ ਗਰਾਊਂਡ ਦੇ ਵਿੱਚ ਆਪਣੀ ਜਿਹੜੀ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਜੋ ਵੀ ਉਹਨਾਂ ਦੀ ਸਾਨੂੰ ਦੱਸਿਆ ਗਿਆ ਉਸ ਦੇ ਨਾਲ ਅਸੀਂ ਇਹ ਸਾਰਾ ਪ੍ਰੋਗਰਾਮ ਕੋਈ ਪਬਲਿਕ ਜਿਹੜੀ ਤੁਹਾਨੂੰ ਕਿਉਂਕਿ ਹਰ ਸਾਲ ਦੇਖਣ ਨੂੰ ਮਿਲਦਾ ਬਹੁਤ ਕੱਟ ਹੁੰਦਾ ਹੈ ਪਬਲਿਕ ਬਹੁਤ ਆਉਂਦੀ ਹੈ ਉਹਦੇ ਲਈ ਕੋਈ ਪ੍ਰਬੰਧ ਵੀ ਕੀਤੇ ਪੁਲਿਸ ਪ੍ਰਸ਼ਾਸਨ ਹਾਂਜੀ ਅਸੀਂ ਆਪਣੇ ਸਾਰੀਆਂ ਪਰਮਿਸ਼ਨਾਂ ਲੈ ਕੇ ਉੱਥੇ ਆਪਣੇ ਦੱਸ ਦਿੰਦੇ ਆ ਜਨਵਰੀ ਇੱਥੇ ਵੀ ਪਹੁੰਚਦਾ ਉਸ ਹਿਸਾਬ ਨਾਲ ਪੁਲਿਸ ਇੱਥੇ ਬੰਦੋਬਸਤ ਆਪਣੇ ਨਾਕੇ ਨੁਕੇ ਲਾ ਕੇ ਉਸ ਹਿਸਾਬ ਦੀ ਕਾਰਵਾਈ ਇੱਥੇ ਕਰਦੇ ਆ ਜੀ ਸੋ ਸੁਣ ਸਕਦੇ ਹੋ ਕਿ ਜਿਹੜਾ ਕਾਫੀ ਉਤਸ਼ਾਹ ਦੇਖ ਨੂੰ ਮਿਲ ਰਿਹਾ ਔਰ ਰਾਮਲੀਲਾ ਕਲੱਬ ਜਿਹੜਾ ਇਹਨਾਂ ਦਾ ਹੈਗਾ ਹਰ ਸਾਲ ਜਿਹੜਾ ਇੱਥੇ ਦੁਸ਼ਹਿਰੇ ਦਾ ਤਿਹਾਰ ਮਨਾਉਂਦਾ ਹੈ ਔਰ 61ਵਾਂ ਜਿਹੜਾ ਇੱਥੇ ਦੱਸਿਆ ਜਾ ਰਿਹਾ ਕਿ ਅੱਜ ਜਿਹੜਾ 61ਵਾਂ ਇਤਿਹਾਰ ਦੁਸ਼ਹਿਰਾ ਦਾ ਇੱਥੇ ਮਨਾਇਆ ਜਾਣਾ ਔਰ ਤਿੰਨ ਜਿਹੜੇ ਨੇ ਬੁੱਤ ਇੱਥੇ ਤਿਆਰ ਕੀਤੇ ਗਏ ਨੇ ਅਗਨ ਭੇਡ ਕੀਤੇ ਜਾਣਗੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੋਬੋਜ ਪਹੁੰਚਣਗੇ ਔਰ ਪਬਲਿਕ ਜਿਹੜੀ ਹੈ 20 ਤੋਂ 25000 ਜਿਹੜਾ ਇਸ ਤੋਂ ਵੱਧ ਜਿਹੜਾ ਇਕੱਠ ਇੱਥੇ ਦੱਸਿਆ ਜਾਂਦਾ ਔਰ ਰੌਣਕਾਂ ਬਾਹਰ ਲੱਗ ਚੁੱਕੀਆਂ ਨੇ ਬਾਹਰ ਬਾਜ਼ਾਰ ਜਿਹੜਾ ਉਹ ਸਰਗਰਮ ਹੁੰਦਾ ਨਜ਼ਰ ਆ ਰਿਹਾ ਔਰ ਬੱਚਿਆਂ ਦੇ ਲਈ ਜਿਹੜੇ ਖੇਡ ਸਮਾਨ ਦੇ ਜਿਹੜੀ ਦੁਕਾਨਾਂ ਵੀ ਲੱਗੀਆਂ ਔਰ ਖਾਣ ਪੀਣ ਦਾ ਜਿਹੜਾ ਸਮਾਨ ਹੈ ਉਹ ਵੀ ਲੱਗਿਆ ਔਰ ਸਵੇਰ ਤੋਂ ਹੀ ਜਿਹੜੇ ਲੋਕ ਇੱਥੇ ਸੈਲਫੀਆਂ ਲੈਂਦੇ ਨਜ਼ਰ ਆ ਦਾ ਤੇ ਸਤਕਾਰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਸ਼ਾਮ ਨੂੰ ਇਸ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਤਿਹਾਰ ਉਤਸ਼ਾਹ ਨਾਲ ਮਨਾਇਆ ਜਾ ਕਿੰਨੀ ਕੁ ਜਿਹੜੀ ਪਬਲਿਕ ਇੱਥੇ ਪਹੁੰਚੇਗੀ ਕੈਮਰਾ ਪਰਸਨ ਮੋਹਿਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੁਰਾ